ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਬਣਾਵਾਂਗੀ ਸਿਰਫ 2 ਚਮਚ ਦੇਸੀ ਘਿਓ ਨਾਲ ਸੂਜੀ ਦਾ ਬਹੁਤ ਹੀ ਵਧੀਆ ਹਲਵਾ। ਇਹ ਹਲਵਾ ਇੰਨਾ ਜ਼ਿਆਦਾ ਸਵਾਦੀ ਬਣਦਾ ਹੈ ਨਾ ਕਿ ਜੇਕਰ ਇੱਕ ਵਾਰੀ ਬਣਾ ਕੇ ਖਾ ਲਓਗੇ ਤਾਂ ਤੁਹਾਡੇ ਮੂੰਹੋਂ ਨਹੀਂ ਲੱਥੇਗਾ। ਅਤੇ ਆਓ ਹੁਣ ਨਵੇਂ ਤਰੀਕੇ ਦਾ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ। ਅਤੇ ਹਲਵਾ ਬਣਾਉਣ ਵਾਸਤੇ ਨਾ ਸਭ ਤੋਂ ਪਹਿਲਾਂ ਇੱਕ ਤੜਕਾ ਪੈਨ ਦੇ ਵਿੱਚ ਆਪਾਂ 2 ਵੱਡੇ ਚਮਚ ਦੇਸੀ ਘਿਓ ਦੇ ਪਾ ਕੇ ਅਤੇ ਗਰਮ ਕਰ ਲਵਾਂਗੇ। ਜ਼ਿਆਦਾ ਗਰਮ ਨਹੀਂ ਕਰਨਾ, ਬਸ ਇਹਨਾਂ ਨੂੰ ਪਿਘਲਾਉਣਾ ਹੈ ਬਸ ਆਪਾਂ। ਅਤੇ ਜਦੋਂ ਘਿਓ ਪਿਘਲ ਜਾਏਗਾ ਨਾ ਥੋੜ੍ਹਾ ਜਿਹਾ, ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਬਰੀਕ ਬਰੀਕ ਕੀਤੇ ਹੋਏ ਮਿਕਸ ਡਰਾਈ ਫਰੂਟ। ਇਹਦੇ ਵਿੱਚ ਮੈਂ ਬਦਾਮ, ਕਾਜੂ ਅਤੇ ਥੋੜ੍ਹੇ ਜਿਹੇ ਪਿਸਤੇ ਅਤੇ ਥੋੜ੍ਹੇ ਜਿਹੇ ਅਖਰੋਟ ਵੀ ਪਾਏ ਨੇ। ਅਤੇ ਇਸ ਤਰ੍ਹਾਂ ਇਹਨਾਂ ਨੂੰ ਬਰੀਕ ਬਰੀਕ ਕੁੱਟ ਲਿਆ। ਅਤੇ ਨਾਲ ਹੀ ਪਾਵਾਂਗੇ ਬਰੀਕ ਕੱਦੂਕਸ ਕੀਤਾ ਹੋਇਆ ਖੋਪਾ, ਜਿਹੜਾ ਨਾਰੀਅਲ ਹੁੰਦਾ ਨਾ ਉਹ, ਇਹ 2 ਵੱਡੇ ਚਮਚ ਹੈ। ਅਤੇ ਇੱਥੇ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੀ ਸ਼ੇਪ ਵਿੱਚ ਕੱਟ ਸਕਦੇ ਹੋ। ਮੈਂ ਅੱਜ ਬਰੀਕ ਬਰੀਕ ਕੱਟੇ ਨੇ, ਤੁਸੀਂ ਵੱਡਾ ਜਾਂ ਮੋਟਾ ਜਾਂ ਸਾਬਤ ਵੀ ਲੈ ਸਕਦੇ ਹੋ। ਅਤੇ ਕਿੰਨੇ ਲੈਣੇ ਆ ਇਹ ਵੀ ਤੁਹਾਡੀ ਚੋਇਸ ਦੇ ਉੱਪਰ ਹੈ। ਅਤੇ ਕਿਹੜੇ ਕਿਹੜੇ ਲੈਣੇ ਆ ਜਿਹੜੇ ਤੁਹਾਨੂੰ ਪਸੰਦ ਹੈ ਉਹ ਤੁਸੀਂ ਪਾ ਸਕਦੇ ਹੋ। ਅਤੇ ਡਰਾਈ ਫਰੂਟਸ ਔਰ ਖੋਪੇ ਨੂੰ ਨਾ ਆਪਾਂ ਬਸ 1-1.5 ਮਿੰਟ ਤੱਕ ਹੀ ਸਿਮ ਫਲੇਮ 'ਤੇ ਘਿਓ ਦੇ ਵਿੱਚ ਭੁੰਨ ਲੈਣਾ ਹੈ। ਅਤੇ ਘਿਓ ਦੇ ਵਿੱਚ ਭੁੰਨ ਕੇ ਫਿਰ ਉਹਦੇ ਵਿੱਚ ਪਾਈਏ ਨਾ ਹਲਵੇ ਵਿੱਚ, ਤਾਂ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਡਰਾਈ ਫਰੂਟਸ ਦਾ। ਅਤੇ ਬਸ ਇਹ ਹੁਣ ਭੁੱਜ ਗਏ ਨੇ, ਆ ਵੇਖੋ ਜੀ, ਇਸ ਤੋਂ ਜ਼ਿਆਦਾ ਆਪਾਂ ਨਹੀਂ ਭੁੰਨੇ, ਨਹੀਂ ਤਾਂ ਜਲ ਸਕਦੇ ਨੇ, ਇਹਨਾਂ ਦਾ ਕਲਰ ਚੇਂਜ ਹੋ ਜਾਏਗਾ। ਅਤੇ ਬਸ ਹੁਣ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਔਫ। ਅਤੇ ਘਿਓ ਜਿਹੜਾ ਗਰਮ ਹੈ ਨਾ ਥੋੜ੍ਹੇ ਜਿਹੇ ਇਹਦੇ ਵਿੱਚ ਵੀ ਭੁੱਜਣਗੇ, ਅਤੇ ਭੁੱਜਦੇ ਭੁੱਜਦੇ ਇਹਨਾਂ ਦਾ ਕਲਰ ਥੋੜ੍ਹਾ ਜਿਹਾ ਹੋਰ ਚੇਂਜ ਹੋਏਗਾ। ਅਤੇ ਹੁਣ ਇਹਨੂੰ ਆਪਾਂ ਇੱਕ ਸਾਈਡ 'ਤੇ ਰੱਖ ਦਿੰਦੇ ਹਾਂ ਅਤੇ ਸੂਜੀ ਭੁੰਨਣ ਦੀ ਤਿਆਰੀ ਕਰਦੇ ਹਾਂ। ਸੂਜੀ ਭੁੰਨਣ ਵਾਸਤੇ ਆਪਾਂ ਲਵਾਂਗੇ ਇੱਕ ਕੜਾਹੀ, ਅਤੇ ਕੜਾਹੀ ਦੇ ਵਿੱਚ ਪਾਵਾਂਗੇ 1 ਕੱਪ ਬਰੀਕ ਵਾਲੀ ਸੂਜੀ। ਜੇਕਰ ਤੁਹਾਡੇ ਕੋਲ ਘਰ ਵਿੱਚ ਮੋਟੀ ਸੂਜੀ ਹੋਵੇ ਨਾ ਤਾਂ ਤੁਸੀਂ ਉਹਨੂੰ ਗ੍ਰਾਈਂਡਰ ਜਾਰ 'ਚ ਪਾ ਕੇ ਥੋੜ੍ਹਾ ਜਿਹਾ ਚਲਾ ਲਵੋ ਅਤੇ ਉਹ ਬਰੀਕ ਹੋ ਜਾਏਗੀ। ਅਤੇ ਇਸ ਤਰ੍ਹਾਂ ਦੀ ਬਰੀਕ ਸੂਜੀ ਨਾਲ ਆਪਾਂ ਅੱਜ ਹਲਵਾ ਬਣਾਵਾਂਗੇ। ਮੈਂ 1 ਕੱਪ ਸੂਜੀ ਦਾ ਹਲਵਾ ਬਣਾ ਰਹੀ ਹਾਂ ਅਤੇ ਤੁਹਾਨੂੰ ਜਿੰਨੀ ਰਿਕੁਆਇਰਮੈਂਟ ਹੋਏ ਤੁਸੀਂ ਉਨੀ ਸੂਜੀ ਲੈ ਸਕਦੇ ਹੋ। ਅਤੇ ਇਹ ਸੂਜੀ ਨੂੰ ਨਾ ਹੁਣ ਆਪਾਂ ਗੈਸ ਦੀ ਮੀਡੀਅਮ ਫਲੇਮ 'ਤੇ ਲਗਾਤਾਰ ਚਲਾਉਂਦੇ ਹੋਏ 1 ਮਿੰਟ ਤੱਕ ਭੁੰਨਾਂਗੇ, ਬਸ ਸੁੱਕਾ ਹੀ ਭੁੰਨਣਾ ਹੈ। ਇਹ ਹਲਕੀ ਜਿਹੀ ਰੋਸਟ ਹੋ ਜਾਏਗੀ, ਨਾਲ ਇਹਦਾ ਮੋਇਸਚਰ ਖਤਮ ਹੋ ਜਾਏਗਾ। ਅਤੇ ਇੱਥੇ ਮੈਂ ਸੂਜੀ ਨੂੰ ਨਾ ਮੀਡੀਅਮ ਫਲੇਮ 'ਤੇ ਲਗਾਤਾਰ ਚਲਾਉਂਦੇ ਹੋਏ 1 ਮਿੰਟ ਤੱਕ ਭੁੰਨ ਲਿਆ। ਇਹ ਹਲਕੀ ਹਲਕੀ ਜਿਹੀ ਭੁੱਜ ਗਈ ਹੈ। ਅਤੇ ਹੁਣ ਆਪਾਂ ਸੂਜੀ ਦੇ ਵਿੱਚ ਪਾਵਾਂਗੇ ਉਹ ਚੀਜ਼ ਜਿਹਦੇ ਨਾਲ ਹਲਵਾ ਬਹੁਤ ਹੀ ਸਵਾਦ ਬਣੇਗਾ। ਉਹ ਕੀ ਹੈ? ਦੁੱਧ ਦੀ ਤਾਜ਼ੀ ਅਤੇ ਗਾੜੀ ਮਲਾਈ। ਤਾਜ਼ੀ ਨਾਲ ਮੇਰਾ ਮਤਲਬ ਹੈ ਕਿ ਜਿਹੜੀ ਮਲਾਈ ਹੈ ਨਾ ਉਹ ਬਹੁਤ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ, 2 ਤੋਂ 3 ਦਿਨ ਤੱਕ ਫਰਿੱਜ 'ਚ ਰੱਖੀ ਹੋਈ ਹੋਣੀ ਚਾਹੀਦੀ ਹੈ। ਅਤੇ 1 ਕੱਪ ਸੂਜੀ ਵਾਸਤੇ ਮੈਂ 1 ਕੱਪ ਮਲਾਈ ਲਈ ਹੈ। ਅਤੇ ਮਲਾਈ ਦੇ ਵਿੱਚ ਸੂਜੀ ਨੂੰ ਭੁੰਨ ਕੇ ਅੱਜ ਆਪਾਂ ਹਲਵਾ ਬਣਾਵਾਂਗੇ, ਬਹੁਤ ਹੀ ਜ਼ਿਆਦਾ ਸਵਾਦ ਬਣਦਾ ਹੈ। ਬਸ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ, ਅਤੇ ਜੇਕਰ ਪਸੰਦ ਆ ਗਈ ਨਾ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ। ਅਤੇ ਬਸ ਹੁਣ ਗੈਸ ਦੀ ਮੀਡੀਅਮ ਫਲੇਮ 'ਤੇ ਹੀ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਦੇ ਰਹਿਣਾ ਹੈ। ਅਤੇ ਇੱਥੇ ਸੂਜੀ ਨੂੰ ਨਾ ਗੈਸ ਦੀ ਮੀਡੀਅਮ ਫਲੇਮ 'ਤੇ ਸਪਰੈਚੂਲਾ ਨਾਲ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਭੁੰਨਾਂਗੇ। ਸ਼ੁਰੂ ਵਿੱਚ ਕਰਨੀ ਪਏਗੀ, ਬਾਅਦ 'ਚ ਤਾਂ ਆਰਾਮ ਨਾਲ ਭੁੱਜ ਜਾਏਗੀ ਅਤੇ ਮਲਾਈ ਜਿਹੜੀ ਹੌਲੀ ਹੌਲੀ ਮੈਲਟ ਹੋ ਜਾਏਗੀ, ਇਹਦੇ ਵਿੱਚ ਘੁਲ ਜਾਏਗੀ, ਫਿਰ ਸੂਜੀ ਆਰਾਮ ਨਾਲ ਭੁੱਜਣੀ ਸ਼ੁਰੂ ਹੋ ਜਾਏਗੀ। ਅਤੇ ਬਸ ਇਹਨੂੰ ਕਦੋਂ ਤੱਕ ਭੁੰਨਣਾ? ਲਾਈਟ ਬਰਾਊਨ ਹੋਣ ਤੱਕ। ਮਤਲਬ ਕਿ ਇਹਨੂੰ ਬਹੁਤ ਜ਼ਿਆਦਾ ਬਰਾਊਨ ਕਲਰ ਦਾ ਨਹੀਂ ਬਣਦਾ ਹੈ ਹਲਵਾ, ਲਾਈਟ ਕਰੀਮ ਵਾਈਟ ਜਿਹੇ ਕਲਰ 'ਤੇ ਬਣਦਾ ਹੈ। ਅਤੇ ਬਸ ਹੁਣ ਮੈਂ ਤੁਹਾਨੂੰ ਟਾਈਮ ਦੱਸਦੀ ਹਾਂ ਕਿ ਮੈਂ ਇਹਨੂੰ ਕਿੰਨੀ ਦੇਰ ਭੁੰਨਿਆ। ਅਤੇ ਇੱਥੇ ਵੇਖੋ ਜੀ, ਜਿਵੇਂ ਜਿਵੇਂ ਸੂਜੀ ਭੁੱਜਦੀ ਜਾ ਰਹੀ ਹੈ ਨਾ ਇਹ ਭੁੰਨਣੀ ਸੌਖੀ ਹੁੰਦੀ ਜਾ ਰਹੀ ਹੈ, ਯਾਨੀ ਕਿ ਇਹਨੂੰ ਚਲਾਉਣਾ ਸੌਖਾ ਹੋ ਰਿਹਾ। ਪਹਿਲਾਂ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਸੀ ਨਾ, ਹਾਰਡ ਲੱਗ ਰਹੀ ਸੀ, ਕਿਉਂਕਿ ਮਲਾਈ ਜਿਹੜੀ ਉਹ ਮੈਲਟ ਹੋ ਗਈ ਹੈ, ਹੈ ਨਾ, ਮੈਲਟ ਹੋ ਕੇ ਘੁਲ ਗਈ ਹੈ ਇਹਦੇ ਵਿੱਚ, ਅਤੇ ਸੂਜੀ ਸੌਖੀ ਭੁੱਜ ਰਹੀ ਹੈ। ਘਿਓ ਜਿੰਨੀ ਸੌਖੀ ਤਾਂ ਨਹੀਂ ਭੁੱਜਦੀ, ਪਰ ਪਹਿਲੇ ਨਾਲੋਂ ਅੱਛੀ ਤਰ੍ਹਾਂ ਭੁੱਜ ਰਹੀ ਹੈ ਹੁਣ। ਅਤੇ ਇਹਨੂੰ ਇੱਥੇ ਮੈਂ ਮੀਡੀਅਮ ਫਲੇਮ 'ਤੇ 5 ਤੋਂ 6 ਮਿੰਟ ਭੁੰਨ ਲਿਆ ਮਲਾਈ ਪਾਉਣ ਤੋਂ ਬਾਅਦ। 1 ਮਿੰਟ ਤਾਂ ਪਹਿਲਾਂ ਭੁੰਨਿਆ ਸੀ, ਮਲਾਈ ਪਾਉਣ ਤੋਂ ਬਾਅਦ 5 ਤੋਂ 6 ਮਿੰਟ ਭੁੰਨ ਲਿਆ। ਅਤੇ ਇਹ ਜਿਹੜੀ ਹੈ ਨਾ ਸੂਜੀ, ਇਹ ਵਧੀਆ ਭੁੱਜ ਗਈ ਹੈ। ਦੇਖ, ਤੁਸੀਂ ਦੇਖ ਵੀ ਸਕਦੇ ਹੋ ਕਿ ਇਹਦਾ ਕਲਰ ਪਹਿਲੇ ਨਾਲੋਂ ਚੇਂਜ ਹੋ ਗਿਆ। ਅਤੇ ਇੰਨਾ ਹੀ ਆਪਾਂ ਇਹਨੂੰ ਭੁੰਨਣਾ ਹੈ।
ਕਿਉਂਕਿ ਘਿਓ ਵਿੱਚ ਤਾਂ ਆਪਾਂ ਇਹਨੂੰ ਭੁੰਨਦੇ ਹਾਂ ਅਤੇ ਬਰਾਊਨ ਜੀ ਹੋ ਜਾਂਦੀ ਹੈ, ਅਤੇ ਮਲਾਈ ਵਿੱਚ ਐਸੇ ਕਲਰ ਦੀ ਰਹੇਗੀ ਔਰ ਹਲਵਾ ਵੀ ਲਾਈਟ ਕਲਰ ਦਾ ਹੀ ਬਣੇਗਾ। ਅਤੇ ਹਲਵੇ ਨੂੰ ਵਧੀਆ ਜੀ ਮਿਠਾਸ ਦੇਣ ਵਾਸਤੇ ਆਪਾਂ ਇੱਥੇ ਪਾਵਾਂਗੇ 1/4 ਕੱਪ ਚੀਨੀ। ਚੀਨੀ ਦੀ ਜਗ੍ਹਾ ਤੁਸੀਂ ਮਿਸ਼ਰੀ ਜਾਂ ਗੁੜ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਅਤੇ ਨਾਲ ਹੀ ਪਾਵਾਂਗੇ 3 ਕੱਪ ਪਾਣੀ। ਇਹ ਗਰਮ ਪਾਣੀ ਹੈ ਜਿਹੜਾ ਮੈਂ ਇਹਦੇ ਵਿੱਚ ਪਾ ਰਹੀ ਹਾਂ। ਅਤੇ ਪਾਣੀ ਔਰ ਚੀਨੀ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਅਤੇ ਗੈਸ ਦੀ ਫੁੱਲ ਫਲੇਮ ਕਰ ਲੈਣੀ ਹੈ ਹੁਣ, ਅਤੇ ਇਹਨੂੰ ਹਲਵੇ ਵਾਂਗੂ ਯਾਨੀ ਕਿ ਹਲਵੇ ਦੀ ਸਟੇਜ ਆਉਣ ਤੱਕ ਭੁੰਨ ਲੈਣਾ। ਅਤੇ ਪਾਣੀ ਨੂੰ ਮੈਂ ਪਹਿਲਾਂ ਹੀ ਨਾਪ ਕੇ ਰੱਖਿਆ ਹੋਇਆ ਸੀ। ਇਹ 3 ਕੱਪ ਪਾਣੀ ਹੈ, 1 ਕੱਪ ਸੂਜੀ, 1 ਕੱਪ ਮਲਾਈ, 3 ਕੱਪ ਪਾਣੀ ਅਤੇ 1/4 ਕੱਪ ਚੀਨੀ ਮੈਂ ਇਹਦੇ ਵਿੱਚ ਪਾਈ ਹੈ। ਅਤੇ ਚੀਨੀ ਹੈ ਜਿਹੜੀ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ, ਯਾਨੀ ਕਿ ਮਿੱਠਾ ਇਹਦੇ ਵਿੱਚ ਤੁਸੀਂ ਆਪਣੇ ਚੋਇਸ ਨਾਲ ਪਾ ਸਕਦੇ ਹੋ। ਜੇ ਘੱਟ ਖਾਂਦੇ ਹੋ ਤਾਂ ਹੋਰ ਘੱਟ ਕਰ ਲਵੋ, ਅਤੇ ਜੇ ਜ਼ਿਆਦਾ ਮਿੱਠਾ ਖਾਂਦੇ ਹੋ ਤਾਂ ਇਹਨੂੰ ਵਧਾ ਕੇ 1 ਕੱਪ ਕਰ ਸਕਦੇ ਹੋ। ਅਤੇ ਇਹਨੂੰ ਹੁਣ ਆਪਾਂ ਭੁੰਨਣਾ ਹੈ ਚੰਗੀ ਤਰ੍ਹਾਂ ਪਾਣੀ ਸੁੱਕਣ ਤੱਕ। ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਾਣੀ ਸੁੱਕ ਗਿਆ ਔਰ ਇੱਕਦਮ ਗਾੜਾ ਹੋ ਗਿਆ ਨਾ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਘਿਓ 'ਚ ਭੁੰਨ ਕੇ ਰੱਖੇ ਹੋਏ ਡਰਾਈ ਫਰੂਟਸ। ਇਹੀ 2 ਚਮਚ ਘਿਓ ਜਿਹੜਾ ਇਹਦੇ ਵਿੱਚ ਪਾਉਣਾ ਹੈ। ਅਤੇ ਭਾਵੇਂ ਤੁਸੀਂ ਸਿੰਪਲ ਘਿਓ ਵੀ ਪਾ ਸਕਦੇ ਹੋ, ਮਤਲਬ ਡਰਾਈ ਫਰੂਟਸ ਉੱਦਾਂ ਹੀ ਪਾ ਲਓ ਬਿਨਾਂ ਭੁੱਜੇ ਹੋਏ, ਅਤੇ ਨਾਲ ਪਾ ਲਓ ਸਿੰਪਲ ਘਿਓ ਬਿਨਾਂ ਡਰਾਈ ਫਰੂਟਸ ਵਾਲਾ। ਪਰ ਇਸ ਸਟੇਜ 'ਤੇ ਹੀ ਘਿਓ ਇਹਦੇ ਵਿੱਚ ਪਾਉਣਾ ਹੈ। ਅਤੇ ਨਾਲ ਥੋੜ੍ਹੀਆਂ ਜਿਹੀਆਂ ਮੈਂ ਪਾ ਰਹੀ ਹਾਂ ਦਾਖਾਂ। ਅਤੇ ਜੇਕਰ ਇਲਾਇਚੀ ਦਾ ਫਲੇਵਰ ਪਸੰਦ ਹੈ ਨਾ ਅਤੇ ਇਹ ਪੀਸੀਆਂ ਹੋਈਆਂ ਹਰੀਆਂ ਇਲਾਇਚੀਆਂ ਨੇ, 1/2 ਚਮਚ ਮੈਂ ਇਹਦੇ ਵਿੱਚ ਪਾ ਦਿੱਤੀਆਂ ਨੇ। ਅਤੇ ਜੇ ਫਲੇਵਰ ਪਸੰਦ ਨਹੀਂ ਹੈ ਤਾਂ ਭਾਵੇਂ ਇਲਾਇਚੀ ਨਾ ਪਾਓ। ਅਤੇ ਬਸ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਵਾਂਗੇ ਮਿਕਸ। ਅਤੇ ਜਿਹੜਾ 2 ਚਮਚ ਘਿਓ ਪਾਇਆ ਇਹਦੇ ਨਾਲ ਹਲਵੇ ਦੇ ਉੱਤੇ ਵਧੀਆ ਸ਼ਾਈਨ ਆ ਜਾਏਗੀ, ਨਾਲੇ ਹਲਵਾ ਜਿਹੜਾ ਹੈ ਕੜਾਹੀ ਛੱਡ ਦੇਗਾ ਔਰ ਬਹੁਤ ਹੀ ਵਧੀਆ ਸਵਾਦ ਆਏਗਾ ਇਹਦਾ। ਅਤੇ ਡਰਾਈ ਫਰੂਟਸ ਔਰ ਇਲਾਇਚੀ ਪਾਊਡਰ ਔਰ ਦਾਖਾਂ ਨੂੰ ਮੈਂ ਇਹਦੇ ਵਿੱਚ ਮਿਕਸ ਕਰ ਦਿੱਤਾ। ਅਤੇ ਹੁਣ ਤੁਸੀਂ ਵੇਖ ਸਕਦੇ ਹੋ ਭੁੰਦੇ ਭੁੰਦੇ ਨਾ ਇਹ ਇੰਨਾ ਵਧੀਆ ਭੁੱਜ ਚੁੱਕਿਆ ਕਿ ਇਹਨੇ ਕੜਾਹੀ ਛੱਡ ਦਿੱਤੀ ਹੈ, ਦੇਖੋ ਹੈ ਨਾ ਘਿਓ ਵੱਖਰਾ ਹੋ ਗਿਆ। ਇਹ ਘਿਓ ਜਿੰਨਾ ਮਤਲਬ ਚਮਕ ਤਾਂ ਨਹੀਂ ਆਉਂਦੀ ਪਰ ਬਣਦਾ ਬਹੁਤ ਸਵਾਦ ਹੈ। ਅਤੇ ਘਿਓ ਵਾਲਾ ਹਲਵਾ ਤਾਂ ਤੁਸੀਂ ਬੜੀ ਵਾਰੀ ਬਣਾ ਕੇ ਖਾਧਾ, ਅਤੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਮਲਾਈ ਵਾਲਾ ਹਲਵਾ ਬਣਾ ਕੇ ਖਾਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗਾ। ਅਤੇ ਇਹ ਹੁਣ ਸਾਡਾ 2 ਚਮਚ ਘਿਓ ਵਾਲਾ ਸੂਜੀ ਦਾ ਹਲਵਾ ਬਣ ਕੇ ਤਿਆਰ ਹੈ। ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਇੱਥੇ ਬੰਦ। ਜਦੋਂ ਵੀ ਕਦੀ ਤੁਹਾਡਾ ਮਿੱਠਾ ਖਾਣ ਨੂੰ ਜੀ ਕਰੇ ਜਾਂ ਘਰ ਵਿੱਚ ਕੋਈ ਫੰਕਸ਼ਨ ਹੋਵੇ ਤਾਂ ਫਟਾਫਟ ਬਣਨ ਵਾਲਾ ਇੱਦਾਂ ਦਾ ਹਲਵਾ ਬਣਾ ਕੇ ਖਾਓ, ਅਤੇ ਹਲਵੇ ਨੂੰ ਸਰਵ ਕਰਨ ਲੱਗਿਆ ਨਾ ਆਪਣੇ ਮਨਪਸੰਦ ਡਰਾਈ ਫਰੂਟਸ ਨਾਲ ਇਹਨੂੰ ਸਜਾ ਦਿਓ।